अस्सलाम वालेकुम सर जी। वालेकुम सलाम भाजी, की हाल? भाई साडा काम तुसी विच ही छड़ दता। ओ भाई, तुहाडा काम शुरू करन लगे हां, बस एक मिनट मड़ जी, चैंबर लाउणी सी रेडी जी। और हाल वाल? ठीक ठाक, शुक्र अलहमदुलिल्लाह। अपन नु ट्रैक्टर चाहिदा। तेनु चाहिदा? मजाक नहीं। आ जी बासमी साहब, की हाल हवाल छोटे भाई? अस्सलाम वालेकुम। काटी लंदा सलाम करदा जी। और हाल वाल भाई? तबीयत भी तो ठीक है। ਕਰ ਕਰੀਏ ਤਾਂ ਤੈਨੂੰ ਕਿਹਾ ਸੀ ਆ ਮੋਟਰਸਾਈਕਲ ਲੈ ਕੇ ਦਿੰਦਾ। ਮੋਟਰਸਾਈਕਲ ਨਹੀਂ ਦਿੰਦਾ? ਹੁਣ ਨਹੀਂ ਦਿੰਦਾ? 15,000 ਦਾ ਦੇਣਾ। ਚੱਲ 10,000 ਨਗਦ ਲੈ ਲਿਓ, ਬਾਕੀ ਪੈਸੇ ਜਿਹੜੇ ਆ ਉਹ ਕਪਾਹ ਦੇ ਲੈ ਲਿਓ। ਅਸਲਾਮ ਵਾਲੇਕੁਮ ਵੀਵਰਸ, ਕੀ ਹਾਲ ਚਾਲ ਹੈ? ਠੀਕ ਠਾਕ, ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ। ਕੱਲ੍ਹ ਦਾ ਤੁਹਾਨੂੰ ਪਤਾ ਕਿ ਆਪਣਾ ਟਰੈਕਟਰ ਬਗਲਾ ਮਠਾਰ ਵਰਕਸ਼ਾਪ 'ਚ ਖੁੱਲ੍ਹਾ ਸੀਗਾ, ਉਹਦਾ ਕੰਮ ਕਰਵਾ ਰਹੇ ਹਾਂ। ਜੇ ਸਾਡਾ ਟਰੈਕਟਰ ਖੋਲ੍ਹ ਕੇ ਸਟਾਫ ਨੂੰ ਰੱਖ ਤਾ, ਕਿਸੇ ਹੋਰ ਟਰੈਕਟਰ ਦਾ ਕੰਮ ਕਰਦੇ ਪਏ, ਉਹਦਾ ਇੰਜਨ ਦਾ ਮਸਲਾ। ਸਟਾਫ ਨਾਲ ਰਿਕੁਐਸਟ ਕੀਤੀ ਹੈ ਕਿ ਯਾਰ ਸਾਡੇ ਟਰੈਕਟਰ ਦਾ ਕੰਮ ਅੱਜ ਕੰਪਲੀਟ ਕਰ ਦਿਓ, ਕਿਉਂਕਿ ਅਸੀਂ ਵੀ ਟਿਊਬਵੈੱਲ ਚਲਾਉਣਾ, ਪਾਣੀ ਛਾਣੀ ਲਾਉਣਾ ਵਾ ਕਪਾਹ ਨੂੰ, ਕਿਉਂਕਿ ਸਾਡੀ ਨਹਿਰ ਬੰਦ ਆ। ਅਤੇ ਸਟਾਫ ਹੁਣੀ ਲੱਗੇ ਪਏ ਆ, ਅਤੇ ਸਾਡੇ ਵਾਲੇ ਦਾ ਪਿੱਛੋਂ ਅੰਦਰ ਪੇਟਾ ਵੀ ਬਾਹਰ ਕੱਢਿਆ ਪਿਆ। ਦੇਖੋ ਅਤੇ ਸਟਾਫ ਇੱਕ ਹੋਰ ਸਾਡੇ ਵਰਗਾ ਆਇਆ ਬਾਹਰ, ਉਹਨੂੰ ਲੱਗੇ ਕੰਮ ਕਰਨ। ਉਮੀਦ ਬੜੀ ਹੈ ਕਿ ਸਾਡਾ ਟਰੈਕਟਰ ਜਿਹੜਾ ਨਾ ਇਨਸ਼ਾਅੱਲਾ ਸੈੱਟ ਹੋ ਜਾਏਗਾ, ਫਿੱਟ ਕਰ ਦੇਣਗੇ। ਫਿਰ ਸਟਾਫ ਉਹਨਾਂ ਨੇ ਇੱਕ ਟਰੈਕਟਰ ਫਿੱਟ ਕਰ ਦਿੱਤਾ ਵਾ, ਅਤੇ ਫਿੱਟ ਕਰਦੇ ਪਏ ਆ ਦੂਸਰਾ, ਸਟਾਰਟ ਕਰ ਦਿੱਤਾ ਵਾ। ਹੁਣ ਜਿੱਥੇ ਸਾਡੇ ਟਰੈਕਟਰ ਦੀ ਵਾਰੀ ਹੈ, ਦੇਖੋ ਕੀ ਬਣਦਾ। ਤਾਂ ਫੈਰ ਕਰ ਪਾਲ ਲੱਭ ਰਹੇ ਆ, ਇੱਕ ਟਰੈਕਟਰ ਜਿਹੜਾ ਨਾ ਲੋਡ ਮਹਿਸੂਸ ਕਰਕੇ ਬੰਦ ਹੋ ਜਾਂਦਾ। ਖੋਲ੍ਹਿਆ ਖੁੱਲ੍ਹਿਆ ਤਾਂ ਹੈਗਾ, ਕੋਈ ਨੁਕਸਾਨ ਲੱਭਾ ਨਹੀਂ ਇਹਨਾਂ ਨੂੰ। ਪਾਕਿਸਤਾਨੀਆਂ ਵਾਸਤੇ ਇੱਕ ਅੱਜ ਹੋਰ ਬੜੀ ਬੈਡ ਨਿਊਜ਼ ਆ। ਅੱਜ ਗੌਰਮੈਂਟ ਨੇ ਨਾ ਪੈਟਰੋਲ ਪੰਪ ਮਾਰ ਦਿੱਤਾ, 17.5 ਰੁਪਈਏ ਪੈਟਰੋਲ ਮਹਿੰਗਾ ਕਰਤਾ, 20 ਰੁਪਏ ਡੀਜ਼ਲ ਮਹਿੰਗਾ ਕਰ ਦਿੱਤਾ। ਅਤੇ ਇਹਦੀ ਵਜ੍ਹਾ ਤੋਂ ਹੋਰ ਵੀਵਰ ਦੇ ਮਹਿੰਗਾਈ ਹੋਰ ਵੱਧ ਜਾਣੀ ਹੈ। ਨਵੀਂ ਹੁਕਮਤ ਜਿਹੜੀ ਆਈ ਆ, ਉਹ ਨਵਾਂ ਕੰਮ ਕਰ ਗਈ ਆ, ਅਤੇ ਜਿਹੜਾ ਸਫੈਦ ਪੋਸ਼ ਬੰਦਾ ਜਿਹੜਾ ਨਾ, ਉਹ ਹੋਰ ਵਿਚਾਰਾ ਲੁਟਕ ਜਾਏਗਾ। ਕਿਉਂਕਿ ਜਦੋਂ ਪੈਟਰੋਲ ਡੀਜ਼ਲ ਮਹਿੰਗਾ ਹੋਣਾ, ਤਾਂ ਹਰ ਸ਼ੈ ਹੀ ਮਹਿੰਗੀ ਹੋ ਜਾਣੀ ਆ, ਖਾਣੇ ਪੀਣੇ ਵਾਲੀ ਏਸ਼ੀਆ ਤੱਕ ਮਹਿੰਗੀ ਹੋ ਜਾਣੀ ਆ। ਅੱਲਾਹ ਤਾਲਾ ਸਾਡੇ ਮੁਲਕ ਦਾ ਨਾ, ਸਾਡੇ ਮੁਲਕ 'ਤੇ ਰਹਿਮਤ ਕਰੇ ਆਪਣੀ, ਅਤੇ ਇਹਨਾਂ ਜਿਹੜੇ ਆ ਨਾ ਵੱਡੇ ਵੱਡੇ ਲੋਕ, ਇਹਨਾਂ ਤੋਂ ਬਚਾਵੇ ਸਾਨੂੰ। ਵੀਵਰਸ, ਚੱਕ ਜਾ ਰਹੇ ਹਾਂ, ਅਤੇ ਆਹ ਰਸਤੇ 'ਚ ਦੇਖੋ ਜਿਨ੍ਹਾਂ ਦੇ ਇੱਥੇ ਨਹਿਰ ਦੇ ਨਜ਼ਦੀਕ ਡੇਰੇ ਡੂਰੇ ਆ ਨਾ, ਉਹਨਾਂ ਨੇ ਨਹਿਰ ਦੀ ਸਹੂਲਤ ਦੇਖੋ ਲਈ ਹੋਈ ਹੈ। ਮਾਲ ਜਿਹੜਾ ਨਾ ਆਪਣਾ ਛਾਵੇਂ ਬਣਿਆ ਹੋਇਆ ਬਾਹਰ, ਔਰ ਜਾਨਵਰ ਵੀ ਬਿਲਕੁਲ ਖੁਸ਼ ਖੜੇ ਆ, ਕਿਉਂਕਿ ਹਵਾ ਮਾੜੀ ਚੰਗੀ ਚੱਲਦੀ ਰਹਿੰਦੀ ਹੈ, ਔਰ ਛਾਂ ਵੀ ਹੈਗੀ ਹੈ ਨਾਲ, ਪਾਣੀ ਦੇ ਵਸਾਇਲ ਵੀ ਹੈਗੇ। ਅਤੇ ਵੀਵਰ, ਟਰੈਕਟਰ ਵਾਲਾ ਕੰਮ ਅੱਜ ਵੀ ਆਪਣਾ ਪੈਂਡਿੰਗ ਵਿੱਚ ਰਹਿ ਗਿਆ, ਕੁਛ ਕੰਮ ਸ਼ਹਿਰ ਦਾ ਨਿਕਲਿਆ ਹੈ। ਇੱਥੇ ਮਨਠਾਰ ਖਾਜੀ ਕੋਲ ਹੋਣਾ ਨਹੀਂ ਸੀਗਾ, ਉਹ ਸਮਾਨ ਮੈਂ ਲੈ ਆਉਂਦਾ ਵਾ ਨਾਲ, ਔਰ ਇਨਸ਼ਾਅੱਲਾ ਹੁਣ ਸ਼ਾਮ ਨੂੰ ਜਾ ਕੇ ਖਾਜੀ ਕੋਲੋਂ ਕਰਾ ਕੇ, ਸੁਬਹਾ ਫਸਟ ਟਾਈਮ ਲਿਆ ਕੇ ਇਹਨਾਂ ਨੂੰ ਮੱਥੇ ਮਾਰਾਂਗੇ ਅਤੇ ਫਿੱਟ ਕਰ ਦੇਣਗੇ। ਕੱਲ੍ਹ ਇਨਸ਼ਾਅੱਲਾ ਜਿਹੜਾ ਟਰੈਕਟਰ ਆਪਣਾ ਨਾ ਤਿਆਰ ਹੋ ਜਾਏਗਾ। ਮੈਂ ਨਹਿਰ ਵਾਲੇ ਰਸਤੇ ਤੋਂ ਨਹੀਂ ਜਾ ਰਿਹਾ ਸੀ ਸ਼ਹਿਰ ਨੂੰ, ਚੱਕ ਨੂੰ, ਕਿਉਂਕਿ ਆਹ ਦੇਖੋ ਸਪਰੇਅ ਲਈ ਹੋਈ ਆ, ਚੱਕ ਸਪਰੇਅ ਵੀ ਕਰਾਉਣੀ ਆ ਕਪਾਹ ਨੂੰ। ਅਤੇ ਆ ਨਹਿਰ ਦੇ ਉੱਤੇ ਜਿਹੜੀ ਆ ਨਾ, ਜਿਹੜਾ ਵਿਊ ਚੈੱਕ ਕਰਨਾ ਸੀ ਅਸੀਂ, ਮਾਸ਼ਾਅੱਲਾ ਛਾਂ ਅਤੇ ਨਜ਼ਾਰੇ ਚੈੱਕ ਕਰ। ਔਰ ਵਿਊਰਸ, ਉੱਪਰ ਵੀ ਦੇਖੋ ਹਲਕੇ ਹਲਕੇ ਜਿਹੜੇ ਆ ਨਾ ਬਾਦਲ ਆ ਰਹੇ ਆ। ਬਾਦਲ ਵੇਖ ਕੇ ਤਾਂ ਜ਼ਿਮੀਂਦਾਰਾਂ ਨੂੰ ਵੈਸੇ ਡਰ ਲੱਗਣ ਲੱਗ ਪੈਂਦਾ, ਕਿਉਂਕਿ ਪਹਿਲੇ ਵੀ ਕਪਾਹ ਨੂੰ ਜਦੋਂ ਫੁੱਲ ਲੱਗੇ ਸੀਗੇ, ਫੁੱਲ ਲੱਗਣ ਤੋਂ ਬਾਅਦ ਵੀ ਫਿਰ ਟਿੰਡੇ ਲੱਗਦੇ ਆ, ਬਣਦੇ ਆ, ਅਤੇ ਉਸ ਟਾਈਮ ਜਿਹੜਾ ਨਾ ਬਾਰਿਸ਼ ਪੈ ਗਈ ਅਤੇ ਉਹ ਸਾਰਾ ਫੁੱਲ ਖਰਾਬ ਹੋ ਕੇ ਥੱਲੇ ਗਿਰ ਗਿਆ। ਫਿਰ ਦੁਬਾਰਾ ਨਵੇਂ ਸਿਰੇ ਤੋਂ ਖਾਦ ਸ਼ਾਦ ਪਾਈ, ਹੁਣ ਦੁਬਾਰਾ ਫਿਰ ਕਪਾਹ ਨੇ ਫੁੱਲ ਛੁੱਲ ਚੁੱਕ ਰਹੇ ਆ ਅਤੇ ਟਿੰਡੇ ਬਣਾ ਰਹੀ ਆ, ਅਤੇ ਕੁਛ ਛੱਲਿਓ ਜਿਹੜੇ ਆ ਟਿੰਡੇ ਖੁੱਲ੍ਹ ਵੀ ਗਏ ਆ। ਜੇ ਬਾਰਿਸ਼ ਪੈ ਗਈ, ਜਿਹੜੀ ਖੁੱਲ੍ਹੀ ਹੋਈ ਕਪਾਹ ਉਹ ਵੀ ਖਰਾਬ ਹੋ ਜਾਣੀ ਆ, ਅਤੇ ਜਿਹੜੇ ਨਵੇਂ ਉਹਨਾਂ ਨੇ ਟਿੰਡੇ ਲਏ ਹੋਏ ਉਹ ਵੀ ਖਰਾਬ ਹੋ ਜਾਣੇ।
नवी जरा फुल लै रही वह भी खराब हो जानी। टीटा तो खैर खराब नहीं हों, अल्लाह तला को दुआ करते हैं कि या अल्लाह गौरमेंट ने तो अच बंब मारिया वा पेट्रोल का डीजल का, तू बारिश वाला ना साढ़े ना काम करी जिमीदारा ना। इधर नहर उत्ते जड़ा ना लोग आह जानवर लैके भी आ जाते अपने जानवर चराने वास्ते ना शाम उत्ते। देखो कि हूँ गाइया जा रही उन्होंने नाल ट्रैवल जा रहे दोपहर का हैगा 3 बजे का। आसमान की तरफ देखो तुम हल्के हल्के बादल आ गए, कल भी बिल्कुल माहौल बन गया सी बारिश पैन का शाम के टाइम। अल्लाह तला ने बचा लिया, नहीं पी बारिश, लेकिन अज कल गर्मी सी लेकिन अज हजे तक तो हवा चल रही, कल इस टाइम हवा बिल्कुल नहीं चल रही थी। फिर आके चक आ गया इन्हों कहते चट्ठी वाली दरियासी दसी रहने छाव वाली दरियासी, ये नहीं तकरीबन 2-3 किलोमीटर दूर हैगी है। खैर करे उस तो बाद हम उचा इधर चक पहुँच गया तो हवेली अपनी ताला लगा हुआ, तो अयूब साहब हजे आए नहीं हो आने वाला ही है, तो माल शाल जिते खड़ा हों दोपहर का टाइम बनया हों छाव चेक करो खाले के नाल उत्थे आके खड़ा वह इंतजार कर रहे हैं। दवाई स्प्रे अपनी आ पई है सफेद मक्खी ते सबज तेले की जी है ना स्प्रे करवानी है। जिदा कि थानू सुबह दिखाई थी स्प्रे भी स्प्रे लैके आए हैं स्प्रे करनी है सफेद मक्खी की, वो हूँ शाम का तकरीबन 5:30 हो चले आ, तो स्प्रे अभी स्टार्ट करन लगे हैं अल्लाह के हुक्म दे नाल। माड़ा जहा इन मूँह के नाल फाड़ लो इन अयूब दवाई बना रहा वा, फिर थानू दिखावे जो स्प्रे शुरू हुई। हूँ दे दुध मिसू बन गया है ये दोवें किलियां का वा, अंधा पा लिया बहुत हो गया अद्धा, बस 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 जो फुल गुड्डी वास्ते ना स्पीड फ्लो हैगा वा, ये स्वाद है करो थले ये करा रहे हैं। लैमड़ा किन्नी पाऊंगे विवर दा पायू स्प्रे शुरू कर दी है, अल्लाह खैर करे। अज बो आई है भाई बंदा मारो मार स्प्रे कर रहा वा, तो अल्लाह खैर करे एस एस 32 का प्लाट हैगा वा, इनू आ पिछड़ा बुध लंघ गया, इस बुध तो असी एक एक बोरी यूरिया खाद ही पाई सी माशाल्लाह, इन्हें फल शल तो हूँ चंगा फुल बना रही है चुकया हुआ, अल्लाह खैर करे। इनू स्प्रे करा रहे हैं सफेद मक्खी की बेच गुलाबी सूनी का भी असं स्प्रे पवा रहे हैं, मेरे से उम्मीद है कि थोड़ा साड़ी आई दी वीडियो अच्छी लगी होनी, साढ़े चैनल में सब्सक्राइब तो लाइक जरूर करो, पंजाबी मुंडा विदा करो, इंशाल्लाह कल मिलेंगे एक नवी वीडियो नाल, अल्लाह हाफिज़।